ਰੌਕ ਸਾਈਡ ਹੈਵੀ ਵਹੀਕਲ ਚਲਾਉਣ ਦੇ ਕਿੰਨੇ ਨੁਕਸਾਨ ਨੇ ਉਸ ਦੀ ਤਾਜ਼ਾ ਉਦਾਹਰਣ ਦੇਖਣ ਨੂੰ ਮਿਲੀ ਅੰਮ੍ਰਿਤਸਰ ਦੇ ਵਿੱਚ, ਜਦੋਂ ਸਵੇਰੇ ਅੰਮ੍ਰਿਤਸਰ ਦੇ ਵੱਲਾ ਨੇੜੇ ਜਿਹੜਾ ਹੈ ਇੱਕ ਦੋ ਟਰਾਲਿਆਂ ਦੀ ਆਪਸ 'ਚ ਟੱਕਰ ਹੋ ਗਈ, ਜਿਸਦੇ ਵਿੱਚ ਕਿ ਇੱਕ ਇਨਸਾਨੀ ਜਾਨ ਵੀ ਜਾ ਚੁੱਕੀ ਹੈ। ਪਰ ਹਾਲਾਤ ਕਿਸ ਤਰ੍ਹਾਂ ਦੇ ਨੇ ਤੁਸੀਂ ਵੇਖੋ ਕਿ ਕਿਵੇਂ ਜਿਹੜੇ ਹੈਵੀ ਲੋਡਿਡ ਵਹੀਕਲ ਨੇ ਕਿਸ ਤਰੀਕੇ ਨਾਲ ਰੋਂਗ ਸਾਈਡ 'ਤੇ ਆਉਂਦੇ ਨੇ। ਹਾਲਾਂਕਿ ਟੂ ਵੇ ਸੜਕ ਬਣੀ ਹੈ ਔਰ ਉਸਦਾ ਰਸਤਾ ਨਹੀਂ ਸੀ, ਲੇਕਿਨ ਫਿਰ ਵੀ ਇਸ ਤਰ੍ਹਾਂ ਦੀ ਝੜਪ ਸਾਹਮਣੇ ਆਈ। ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਟਰੈਕਟਰ ਹੈ, ਟਰੱਕ ਹੈ ਜਿਹੜਾ, ਜਿਸ ਨੂੰ ਕਿ ਜਿਹਦੇ ਵਿੱਚ ਕਿ ਸਰੀਆ ਲੱਦਿਆ ਪਿਆ ਸੀ, ਉਸ ਨੂੰ ਇਹ ਜਿਹੜਾ ਇੱਕ ਜਿਹਨੂੰ ਅਸੀਂ ਟਰਾਲਾ ਵੀ ਕਿਹਾ ਜਾਂਦਾ ਹੈ, ਘੋੜਾ ਜਿਸ ਨੂੰ ਪੰਜਾਬੀ 'ਚ ਕਹਿੰਦੇ ਨੇ ਘੋੜਾ, ਟਰਾਲਾ ਵੀ ਕਿਹਾ ਜਾਂਦਾ ਹੈ, ਅਤੇ ਘੋੜਾ ਜਿਹੜਾ ਹੈ ਰੋਂਗ ਸਾਈਡ ਤੋਂ ਆ ਰਿਹਾ ਸੀ। ਤੁਸੀਂ ਦੇਖੋ ਕਿ ਇਹ ਸੜਕ ਵੀ ਤੁਹਾਨੂੰ ਦਿਖਾ ਰਹੇ ਹਾਂ, ਉਹ ਰਸਤਾ ਆਉਂਦਾ ਹੈ, ਉਹ ਰਸਤਾ ਇੱਧਰ ਆਉਂਦਾ ਹੈ ਅਤੇ ਇਹ ਰਸਤਾ ਬਾਹਰ ਨੂੰ ਜਾਂਦਾ ਹੈ, ਲੇਕਿਨ ਇਸ ਰਸਤੇ ਰਾਹੀਂ ਇਹ ਘੋੜਾ ਜਿਹੜਾ ਕਿ ਟਰਾਲਾ ਜਿਹਨੂੰ ਕਹਿੰਦੇ ਹਾਂ, ਜਿਹਦੇ ਵਿੱਚ ਕਿ ਬਜਰੀ ਜਿਹੜੀ ਹੁੰਦੀ ਹੈ ਉਹ ਆ ਰਹੀ ਸੀ, ਇਹਦੇ ਵਿੱਚ ਆ ਰਹੀ ਸੀ ਔਰ ਇੰਨੀ ਰਫ਼ਤਾਰ 'ਚ ਸੀ। ਤੁਸੀਂ ਦੇਖੋ ਕਿ ਰੋਂਗ ਸਾਈਡ 'ਤੇ ਇਹ ਸੜਕ ਵੀ ਤੁਹਾਨੂੰ ਦਿਖਾ ਰਹੇ ਹਾਂ ਅਤੇ ਦੂਜੇ ਪਾਸੇ ਇਹ ਟਰਾਲਾ ਵੀ ਤੁਹਾਨੂੰ ਵਿਖਾ ਰਹੇ ਹਾਂ ਕਿ ਰੋਂਗ ਸਾਈਡ ਤੋਂ ਕਿੰਨੀ ਕੁ ਸਪੀਡ 'ਚ ਟਰਾਲਾ ਹੋਏਗਾ, ਕਿ ਜਿਹੜਾ ਕਿ ਸਾਹਮਣੇ ਇੱਕ ਜਿਹੜਾ ਟਰੱਕ ਹੈ ਜਿਸਦੇ ਵਿੱਚ ਕਿ ਸਰੀਆ ਲੱਦਿਆ ਆਇਆ ਸੀ, ਉਸ ਦੇ ਵਿੱਚ ਜਾ ਵੱਜਾ ਔਰ ਉਸ ਤੋਂ ਬਾਅਦ ਹਾਲਾਤ ਕੀ ਬਣੇ ਨੇ ਤੁਸੀਂ ਵੇਖੋ ਕਿ ਦੋਵਾਂ ਦੇ ਪੜਖੱਚੇ ਉੱਡ ਗਏ ਨੇ। ਔਰ ਕਿਉਂਕਿ ਸਵੇਰ ਦਾ ਟਾਈਮ ਸੀ, ਪੌਣੇ ਪੰਜ ਵਜੇ ਦਾ ਟਾਈਮ ਸੀ, ਤਾਂ ਉਸ ਵੇਲੇ ਇਹ ਘਟਨਾ ਵਾਪਰੀ ਹੈ। ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਸਾਰਾ ਸਮਾਨ ਖਿਲਰ ਗਿਆ ਹੈ, ਤਾਂ ਦੂਰ ਹੀ ਉਸ ਟਰਾਲੇ ਦਾ ਇੱਕ ਜਿਹੜਾ ਅਗਲਾ ਮੂੰਹ ਹੁੰਦਾ ਹੈ ਜਿਸਦੇ ਵਿੱਚ ਕਿ ਡਰਾਈਵਰ ਬੈਠਾ ਹੁੰਦਾ ਹੈ, ਉਹ ਉਸਦੇ ਹਾਲਾਤ ਕੀ ਤੁਸੀਂ ਆਪਣੀ ਟੀਵੀ ਸਕਰੀਨ 'ਤੇ ਦੇਖ ਰਹੇ ਹੋ। ਤਾਂ ਇਹ ਹਾਲਾਤ ਇਸ ਘੋੜੇ ਦੇ ਔਰ ਇਸ ਜਿਹਨੂੰ ਅਸੀਂ ਟਰਾਲਾ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ, ਤਾਂ ਇਸ ਦੇ ਹਾਲਾਤ ਕੀ ਨੇ ਉਹ ਹੈ। ਤਾਂ ਤੁਸੀਂ ਦੂਸਰੇ ਪਾਸੇ ਦੇਖੋ ਕਿ ਟਰੱਕ ਜਿਹੜਾ ਕਿ ਲੱਦਿਆ ਭਰਿਆ ਸੀ ਸਰੀਏ ਦੇ ਨਾਲ, ਉਸਦਾ ਬਿਲਕੁਲ ਹੀ ਇੱਥੇ ਨੁਕਸਾਨ ਹੋਇਆ ਹੈ, ਤਾਂ ਸਾਡੇ ਨਾਲ ਲੋਕ ਮੌਜੂਦ ਨੇ। ਭਾਅ ਜੀ ਕੀ ਹੋਇਆ? ਉਸ ਡਰਾਈਵਰ ਦੀਆਂ ਲੱਤਾਂ ਟੁੱਟੀਆਂ ਬਾਬਾ ਜੀ, ਲੱਤਾਂ ਦੋਵੇਂ ਟੁੱਟ ਗਈਆਂ, ਨਾਲ ਉਹਨਾਂ ਦਾ ਭਰਾ ਸੀ, ਉਹਦੀ ਡੈਥ ਹੋ ਗਈ ਵਿਚਾਰੀ। ਤੇ ਦੂਜੇ ਦੀਆਂ ਲੱਤਾਂ ਦੋਵਾਂ ਥਾਵਾਂ ਤੋਂ ਟੁੱਟ ਗਈਆਂ, ਉਹ ਹਸਪਤਾਲ ਦਾਖਲ ਹੈ। ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਕੀਤੀ ਜਾਵੇ ਤੇ ਜੋ ਇਹਨਾਂ ਦਾ ਹਰਜਾਨਾ ਬੰਦਾ ਇਹਨਾਂ ਨੂੰ ਦਿੱਤਾ ਜਾਵੇ। ਇਹ ਰੋਂਗ ਸਾਈਡ ਤੇ ਬਾਈ, ਆਪਾਂ ਤਾਂ ਇਹੋ ਟਾਈਮ 'ਤੇ ਨਹੀਂ ਆ, ਇਹ ਰੋਂਗ ਸਾਈਡ 'ਤੇ ਵੇਖੋ, ਆਹ ਸੜਕ ਇੱਧਰ ਜਾ ਰਹੀ ਆ ਆਉਣ ਵਾਲੀ, ਇਹ ਇੱਧਰੋਂ ਜਾਣ ਵਾਲੀ ਆ, ਇਹ ਰੋਂਗ ਸਾਈਡ ਉੱਧਰੋਂ ਵੇਖੋ ਕਿੱਧਰੋਂ ਆਇਆ, ਪੁਲ ਦੇ ਥੱਲੇ ਚੜ੍ਹ ਕੇ ਆਇਆ ਜੀ, ਪੁਲ ਦੇ ਥੱਲਿਓਂ ਚੜ੍ਹ ਕੇ ਆ। ਹਾਂਜੀ ਹਾਂਜੀ, ਅਕਲ ਨਹੀਂ ਹੈ, ਮਤਲਬ ਰੋਂਗ ਸਾਈਡ ਕਿੰਨਾ ਕੁ ਖਤਰਨਾਕ, ਉਹਨੂੰ ਨਹੀਂ ਪਤਾ ਕਿ ਮੈਂ ਐਡਾ ਵੱਡਾ ਘੋੜਾ ਆਪਣੇ ਨਾਲ ਰੱਖਿਆ, ਸਾਰਾ ਸਮਾਨ ਰੱਖਿਆ, ਫਿਰ ਵੀ ਮੈਂ ਰੋਂਗ ਸਾਈਡ ਆ ਰਿਹਾ? ਨਹੀਂ, ਉਹਨੇ ਵੇਖਿਆ ਹੀ ਨਹੀਂ ਜੀ, ਜਦੋਂ ਪਤਾ ਹੀ ਉਦੋਂ ਲੱਗਾ ਜਦੋਂ ਉਹਨੇ ਵਿੱਚ ਹੀ ਗੱਡੀ ਠੋਕਤੀ, ਮੁੰਡੇ ਨੇ ਬਚਾਅ ਬਹੁਤ ਕੀਤਾ, ਪਰ ਨਹੀਂ ਬਚਣ ਵਾਲੇ ਲਾਹ ਲਈ ਨਹੀਂ ਆਏ ਜੀ, ਕਰਨਗੇ ਨੂੰ। ਤਾਂ ਬਿਲਕੁਲ, ਤੁਹਾਨੂੰ ਇੱਕ ਵਾਰ ਫਿਰ ਮੰਜ਼ਰ ਦਿਖਾਉਂਦੇ ਹਾਂ, ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਔਰ ਇਸ ਦੇ ਵਿੱਚ ਜਿਹੜਾ ਹੈ ਇਹ ਸੂਰਤ ਹਾਲ ਜਿਹੜੇ ਤੁਸੀਂ ਆਪਣੀ ਟੀਵੀ ਸਕਰੀਨ 'ਤੇ ਵੇਖ ਸਕਦੇ ਹੋ ਕਿ ਆਹਮਣੇ ਸਾਹਮਣੇ ਜਿਹੜੇ ਨੇ ਦੋਨੋਂ ਵੱਜੇ ਨੇ ਔਰ ਜਿਸ ਦੇ ਵਿੱਚ ਕਿ ਨੁਕਸਾਨ ਹੋਇਆ ਹੈ, ਜਾਨੀ ਨੁਕਸਾਨ ਵੀ ਹੋਇਆ ਹੈ ਔਰ ਪਿੱਛੇ ਹੈਵੀ ਟਰੱਕ ਸੀ ਔਰ ਤੁਸੀਂ ਦੇਖੋ ਕਿ ਕੁਛ ਵੀ ਚੀਜ਼ ਇਸ ਤਰ੍ਹਾਂ ਦੀ ਨਹੀਂ ਹੈ ਕਿ ਜਿਹੜੀ ਕੋਈ ਬਚੀ ਹੋਵੇ
ਔਰ ਜਿਸ ਤਰੀਕੇ ਦੇ ਨਾਲ ਇਸਨੂੰ ਕੱਟਿਆ ਗਿਆ, ਕੱਟਣ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਹੈ ਇੱਥੋਂ ਇਨਸਾਨਾਂ ਨੂੰ ਜਿਹੜਾ ਬਾਹਰ ਕੱਢਿਆ ਗਿਆ, ਇੱਕ ਇਨਸਾਨ ਜੋ ਹੈ ਵਿੱਚ ਸੀ। ਅੱਜ ਮੋਰਨਿੰਗ ਕਰੀਬ 5:30 ਵਜੇ ਵੱਲੇ ਬਾਈਪਾਸ ਉੱਤੇ 2 ਟਰੱਕ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਸੀਗਾ। ਇੱਕ ਟਿੱਪਰ ਹੈ 18 ਟੈਰੀ, ਇਹ ਰੋਂਗ ਸਾਈਡ ਤੋਂ ਆ ਰਿਹਾ ਸੀਗਾ, ਇਹਦੇ ਵਿੱਚ ਬੱਜਰਾ ਲੋਡਿਡ ਸੀਗਾ। ਦੂਜਾ ਟਰੱਕ ਹੈ ਉਹਦੇ ਵਿੱਚ ਸਰੀਆ ਸੀਗਾ, ਇਹਨਾਂ ਦਾ ਆਪਸ ਵਿੱਚ ਕਾਫੀ ਸਪੀਡ ਨਾਲ ਆ ਰਹੇ ਸੀ, ਐਕਸੀਡੈਂਟ ਹੋਇਆ। ਜਿਹੜਾ ਤਾਂ ਟਰੱਕ ਵਾਲਾ ਸੀਗਾ ਜਿਹਦੇ ਵਿੱਚ ਸਰੀਆ ਲੋਡਿਡ ਸੀਗਾ, ਉਹਦਾ ਡਰਾਈਵਰ ਦੀ ਮੌਕੇ 'ਤੇ ਡੈਥ ਹੋ ਗਈ ਹੈ, ਅਤੇ ਅਸੀਂ ਜਿਹੜੀ ਇਹਦੇ ਵਿੱਚ FIR ਰਜਿਸਟਰ ਕਰਤੀ ਹੈ। ਅਤੇ ਦੂਸਰਾ ਜਿਹੜਾ ਟਿੱਪਰ ਸੀਗਾ 18 ਟੈਰਾਂ ਵਾਲਾ, ਉਹਦਾ ਡਰਾਈਵਰ ਉੱਥੋਂ ਮੌਕੇ ਤੋਂ ਭੱਜ ਗਿਆ, ਉਹਦੇ ਅਸੀਂ ਰੇਡ ਟੀਮ ਕਰਕੇ ਅਤੇ ਉਹਨੂੰ ਜਲਦ ਤੋਂ ਜਲਦ ਅਰੈਸਟ ਕਰਾਂਗੇ। ਤਾਂ ਫਿਲਹਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਔਰ ਰੋਂਗ ਸਾਈਡ ਚੱਲਣ ਦਾ ਜੋ ਇੱਕ ਟਰੈਂਡ ਹੈ ਅੱਜ ਕੱਲ੍ਹ, ਜਿਸ ਤਰ੍ਹਾਂ ਲੋਕ ਆਪਣੀ ਸ਼ਾਨ ਸਮਝਦੇ ਨੇ ਕਿ ਅਸੀਂ ਰੋਂਗ ਸਾਈਡ ਚੱਲ ਰਹੇ ਹਾਂ, ਸਾਡੀ ਸ਼ਾਨ ਹੈ, ਉਸ ਸ਼ਾਨ ਦੇ ਨਾਲ ਕਿੰਨੀ ਬੇਹਾਲੀ ਹੁੰਦੀ ਹੈ, ਉਸ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਔਰ ਉਮੀਦ ਕਰਦੇ ਹਾਂ ਕਿ ਲੋਕ ਸੇਫ ਡਰਾਈਵਿੰਗ ਕਰਨ ਤਾਂ ਕਿ ਉਹ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਵੀ ਮੁਸ਼ਕਲ 'ਚ ਨਾ ਪਾ ਸਕਣ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।